कोविड 19 ਦੇ ਨਾਲ ਲੜ ਰਹੇ ਪੰਜਾਬ ਨੂੰ ਬਚਾਉਣ ਦੇ ਲਈ ਸਾਡੇ ਪੁਲਿਸ ਮੁਲਾਜ਼ਮ ਦਿਨ ਰਾਤ ਡਿਊਟੀ ਕਰ ਰਹੇ ਨੇ। ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪਬਲਿਕ ਦੀ ਹਿਫਾਜ਼ਤ ਲਈ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਦੇ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਰੱਖਣ ਦੇ ਲਈ ਉਹਨਾਂ ਨੂੰ ਚਮਨ ਪ੍ਰਾਸ਼ ਮੁਹੱਈਆ ਕਰਵਾਇਆ ਗਿਆ। ਕੋਰੋਨਾ ਵਾਇਰਸ ਨਾਲ ਲੜ ਰਹੇ ਪੰਜਾਬ ਨੂੰ ਬਚਾਉਣ ਦੇ ਲਈ ਜਿੱਥੇ ਖਾਸ ਹੈ ਕਿ ਦਿਨ ਰਾਤ ਆਪਣੇ ਪੁਲਿਸ ਮੁਲਾਜ਼ਮ ਡਿਊਟੀ ਦੇ ਰਹੇ ਨੇ, ਉੱਥੇ ਤਰਨਤਾਰਨ ਦੇ ਐਸਐਸਪੀ ਧਰੁਵ ਦਈਆ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜਗਜੀਤ ਸਿੰਘ ਵਾਲੀਆ ਐਸਪੀਡੀ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਐਸਪੀਡੀ ਜਗਜੀਤ ਸਿੰਘ ਵਾਲੀਆ ਤੇ ਡੀਐਸਪੀ ਪ੍ਰਵੇਸ਼ ਚੋਪੜਾ ਦੇ ਵੱਲੋਂ ਪਹਿਲਾਂ ਵੀ ਪੁਲਿਸ ਮੁਲਾਜ਼ਮਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਮਲਟੀ ਵਿਟਾਮਿਨ ਅਤੇ ਹੋਰ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਸਨ। ਜ਼ਿਕਰ ਖਾਸ ਹੈ ਕਿ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਦੇ ਵਿੱਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਇਹਨਾਂ ਸਾਰੇ ਹੀ ਮੁਲਾਜ਼ਮਾਂ ਨੂੰ ਚਮਨ ਪ੍ਰਾਸ਼ ਦਿੱਤਾ ਗਿਆ ਹੈ। ਅੱਜ ਤਰਨ ਤਾਰਨ ਪੁਲਿਸ ਦੇ ਵਿੱਚ ਅਸੀਂ ਜੋ ਪਹਿਲਾਂ ਵੀ ਕਾਫੀ ਜ਼ਿਆਦਾ ਸਾਡੇ ਜਿਹੜੇ ਜਵਾਨ ਸਾਡੇ ਜਿਹੜੇ ਆਫੀਸਰਸ ਕੋਵਿਡ 19 ਕੋਰੋਨਾ ਵਾਇਰਸ ਨੂੰ ਲੈ ਕੇ ਫਰੰਟ ਲਾਈਨ ਦੇ ਉੱਤੇ ਡਿਊਟੀਆਂ ਦੇ ਰਹੇ ਨੇ, ਡਿਊਟੀ ਨਿਭਾ ਰਹੇ ਨੇ, ਸਾਰੇ ਇਸ ਕਰਫਿਊ ਨੂੰ ਲੋਕਡਾਊਨ ਨੂੰ ਮੇਨਟੇਨ ਰੱਖਣ ਵਾਸਤੇ ਤਾਂ ਕਿ ਸਾਰੇ ਲੋਕ ਸੁਰੱਖਿਅਤ ਰਹਿਣ, ਸਾਡੇ ਨਾਗਰਿਕ ਬਿਲਕੁਲ ਠੀਕ ਰਹਿਣ, ਇਸ ਵਾਇਰਸ ਤੋਂ ਬਚੇ ਰਹਿਣ। ਉਸ ਦੇ ਸੰਬੰਧ ਦੇ ਵਿੱਚ ਸਾਡੇ ਜਿੰਨਾ ਆਫੀਸਰ ਹਨ ਜਵਾਨ ਜਿਹੜੇ ਸਾਡੇ ਫਰੰਟ ਲਾਈਨ 'ਤੇ ਲੱਗੇ ਹੋਏ ਨੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ, ਉਹਨਾਂ ਸਾਰਿਆਂ ਨੂੰ ਪਹਿਲਾਂ ਵੀ ਕਾਫੀ ਮਲਟੀ ਵਾਈਟਾਮਿਨ ਅਤੇ ਹੋਰ ਜਿਹੜੇ ਮੈਡੀਸਿਨਸ ਹੈਗੀਆਂ ਉਹ ਪ੍ਰੋਵਾਈਡ ਕੀਤੀਆਂ ਗਈਆਂ। ਤਕਰੀਬਨ 14-15 ਹਜ਼ਾਰ ਦੇ ਕਰੀਬ ਜਿਹੜੇ ਟੈਬਲੇਟਸ ਸੀਗੀਆਂ ਮਲਟੀ ਵਾਈਟਾਮਿਨ, ਜਿਨ੍ਹਾਂ ਦੇ ਵਿੱਚ 5,000 ਦੇ ਕਰੀਬ ਸਿਰਪਸ, ਉਹ ਸਾਰੇ ਪ੍ਰੋਵਾਈਡ ਕੀਤੇ ਗਏ ਸੀਗੇ। ਹੁਣ ਜਿਹੜੇ ਸਾਡੇ ਮਾਣਯੋਗ SSP ਸਾਹਿਬ ਸ਼੍ਰੀ ਧਰੁਵ ਦਈਆ IPSG, ਉਹਨਾਂ ਵੱਲੋਂ ਹੋਰ ਵੀ ਉਪਰਾਲੇ ਕਰਨ ਦੇ ਵਿੱਚ ਕਾਫੀ ਜ਼ਿਆਦਾ ਜੋਸ਼ ਪਕਾਇਆ ਜਾ ਰਿਹਾ, ਕੰਮ ਕੀਤੇ ਜਾ ਰਹੇ ਨੇ। ਉਹਦੇ ਸੰਬੰਧ ਦੇ ਵਿੱਚ ਹੀ ਜਿਹੜੇ ਸਾਡੇ ਇੱਕ ਮਿੱਤਰ ਅੰਮ੍ਰਿਤਸਰ ਤੋਂ ਮਿਸਟਰ ਸਮੀਰ ਦਿਲਾਵਰੀ ਜੀ, ਉਹਨਾਂ ਦੀ ਜਿਹੜੀ ਆਪਣੀ ਕੰਪਨੀ, ਉਹ ਜਿਹੜੇ ਆਯੁਰਵੈਦਿਕ ਸਟੱਫ ਕਾਫੀ ਬਣਾਉਂਦੇ ਸੀਗੇ, ਉਹਨਾਂ ਨਾਲ ਜਦੋਂ ਗੱਲ ਕੀਤੀ ਗਈ ਹੈ, ਉਹਨਾਂ ਨੇ ਸਾਨੂੰ 2300 ਦੇ ਕਰੀਬ ਚਮਨ ਪ੍ਰਾਸ਼ ਦੇ ਉਹਨਾਂ ਨੇ ਛੋਟੇ ਪੈਕਟ ਸਾਨੂੰ ਪ੍ਰੋਵਾਈਡ ਕਰਵਾਏ ਨੇ, ਜੋ ਇੱਕ ਇੱਕ ਮਹੀਨੇ ਵਾਸਤੇ ਇੱਕ ਇੱਕ ਬੰਦੇ ਦੀ ਸਫੀਸ਼ੀਐਂਟ ਜਿਹੜੀ ਉਹਦੇ ਵਿੱਚ ਡੋਜ਼ਿਸ ਬਣ ਜਾਂਦੀਆਂ ਹੈਗੀਆਂ ਨੇ। ਸੋ ਇਹ ਜਿੰਨੇ ਵੀ ਸਾਡੇ ਫਰੰਟ ਲਾਈਨ 'ਤੇ ਮੁਲਾਜ਼ਮ ਲੱਗੇ ਨੇ, ਜਿਹੜੇ ਆਫੀਸਰਸ ਲੱਗੇ ਨੇ, ਉਹਨਾਂ ਸਾਰਿਆਂ ਨੂੰ ਇਹ ਡਿਸਟ੍ਰੀਬਿਊਟ ਕੀਤਾ ਜਾਏਗਾ। ਅੱਜ ਤੋਂ ਇਹ ਸ਼ੁਰੂ ਕਰ ਦਿੱਤੇ ਗਏ, ਪਹਿਲੇ ਮਲਟੀਵਾਈਟਮ ਕੀਤੇ ਗਏ ਸੀ, ਹੁਣ ਇਹ ਚਮਨ ਪ੍ਰਾਸ਼। ਇਹ ਉਹ ਚੀਜ਼ਾਂ ਨੇ ਜਿਹੜੇ ਸਾਡੇ ਸਾਰੇ ਜਿੰਨੇ ਵੀ ਜਵਾਨ ਲੱਗੇ ਨੇ ਉਹਨਾਂ ਦੀ ਇਮਿਊਨਿਟੀ ਜਿੰਨੀ ਸਟਰੋਂਗ ਰਹੇਗੀ, ਜਿੰਨਾ ਫਰੰਟ ਲਾਈਨ 'ਤੇ ਲੱਗੇ ਹੋਏ ਜਿੰਨੇ ਵੀ ਫਸਟ ਵਾਰੀਅਰ ਨੇ, ਜਿੰਨੇ ਇਹ ਸਟਰੋਂਗ ਰਹਿਣਗੇ, ਉਹਨੇ ਵਧੀਆ ਤਰੀਕੇ ਨਾਲ ਅਸੀਂ ਇਸ ਵਾਇਰਸ ਨੂੰ ਹਰਾ ਸਕਦੇ ਹਾਂ, ਅਸੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾ ਸਕਦੇ ਹਾਂ। ਸੋ ਇਹ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਹੈਗਾ ਇਹ ਅੱਜ ਤਰਨ ਤਾਰਨ ਪੁਲਿਸ 'ਚ ਸ਼ੁਰੂ ਕੀਤਾ ਗਿਆ। ਸਰ, ਜ਼ਿਲ੍ਹੇ 'ਚ ਕਿੰਨੇ ਮੁਲਾਜ਼ਮ ਲੱਗੇ ਹੋਏ ਟੋਟਲ? ਦੇਖੋ, ਸਾਡੇ ਵੱਖ ਵੱਖ ਡਿਊਟੀਆਂ ਜਿਹੜੀਆਂ ਕੁਝ ਫੀਲਡ ਦੇ ਵਿੱਚ ਨੇ, ਕੋਈ ਥਾਣੇ ਦੇ ਵਿੱਚ ਨੇ, ਕੁਝ ਜਿਹੜੇ ਕੰਟਰੋਲ ਰੂਮ ਸਾਡੇ ਆਫਿਸਿਸ ਬਣੇ ਨੇ, ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਕੇ ਸਾਡੇ ਆਲਮੋਸਟ 2000 ਦੇ ਕਰੀਬ ਸਾਰਾ ਮੁਲਾਜ਼ਮ ਡਿਊਟੀ ਕਰ ਰਿਹਾ ਹੈਗਾ। ਤਰਨ ਤਾਰਨ ਤੋਂ ਪਵਨ ਕੁਮਾਰ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।